ही दसदे आगे देखते हैं उन्होंने कमाल का आना पर कोशिश की साढ़े डायरैक्टर साहब ने भी साउथ दिया बड़े कमाल दे एक्शन मास्टर लैके आए थे फैंटम कैमरा जो बड़े एक्शन लई बहुत महंगा इक्विपमेंट है जिदे आप यूज़ कर देंगे तो कोशिश हैगी कुछ नवा कर नवा सिनेमे दे विच कुछ ना कुछ बेस्ट कर दी बाकी सारी टीम ने मेहनत की। हाँ जी बिल्कुल बिल्कुल इस फिल्म लई स्पैशल तैयारी की गल करदे आं कि आलमोस्ट फिल्म असी जो सानू किसी डायरैक्टर या प्रोड्यूसर ना कोई साड़ी साइनअप होंदी है फिल्म की गल होंदी उदों हुंदा वी 25 दिन दा या 30 दिन दा कम है पर इस फिल्म लई साडा घट्टो घट 60-65 दिन लगे ने जिहदे विच 15-20 दिन असी ने तैयारी ते भी कीते एक्शन मास्टर आए सीगे सानू प्रोपर उन्हां ने एक्शन दीआं टैक्नीक्स दस्सियां वी किद्दां करनियां ने ते बाकी गुड है। ये थोड़ा मेरे नाल दी टीम ते मैं लगदा तुसी मेरे नाल दी टीम मैनू ऐ लगदा वी मेरे नाल दी टीम ने मुंह च गुलाब जामुन पाई आउंदे ने वी तुसी ने बोलना ही नहीं बाकी इंट्रोड्यूस कर रहे हो भाजी दा दसो भाजी बारे दस दे इंट्रोड्यूस कर रहे हो एक सेकंड बेला जी एक फिल्म तो मट के है कि अज एक बड़ी इज्जत ਨਾਲ ਜਿਹੜੀ ਖਬਰ ਵੀ ਹੈ ਸਭ ਨੂੰ ਪਤਾ ਕਿ 75 ਗਿੱਲ ਦੀ ਵਾਈਫ ਜਿਹੜੀ ਹੈ ਉਹ ਐਕਸਪਾਇਰ बिल्कुल जी नछत्र गिल बाई जी बहुत मेहनत की उन्होंने बहुत कमाल दे आर्टिस्ट ने उन्होंने मैं बहुत गाने सुनता रहा उन्होंने बेटे की मैरिज सी एक दिन बाद ते बहुत बड़े सदमे वाली गल है जी इदां दा मैनू लगता है भी किसी के घर दे विच नहीं होना चाहिए बहुत हमदर्दी है नछत्र गिल बाई जी उन्होंने बहुत माड़ी खबर है जी। ਬਿੱਲਾ ਜੀ ਅੱਜ ਸੀਐਮ ਸਾਹਿਬ ਨੇ ਕਿਹਾ ਵਾ ਕਿ ਸਾਡੇ ਜਿਹੜੇ ਗਾਇਕ ਨੇ ਪੰਜਾਬ ਦੇ ਉਹਨਾਂ ਨੂੰ ਚਾਹੀਦਾ ਕਿ ਪੰਜਾਬੀ ਦਾ ਦਿਖਾਉਣ ਜੋ ਰਿਐਲਿਟੀ ਹੈ ਉਹ ਦਿਖਾਉਣ ਗਾਣਿਆਂ ਦੇ ਵਿੱਚ ਬਿਲਕੁਲ ਉਹ ਪੰਜਾਬ ਦਾ ਕਿਸਾਨ ਦਿਖਾਉਣ ਉਹ ਪੰਜਾਬ ਦਾ ਜੱਟ ਦਿਖਾਉਣ ਨਾ ਕਿ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਾ ਨਾ ਕਿ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਬਿਲਕੁਲ ਬਾਈ ਜੀ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਮੈਨੂੰ ਆਲਵੇਜ਼ ਮੈਂ ਜਿੱਦਾਂ ਦੇ ਮੇਰੇ ਗੀਤ ਗਾਏ ਨੇ ਅੱਜ ਤੱਕ 99% ਮੈਂ ਕਹਿੰਦਾ ਨਾ ਵੀ ਮੇਰੇ ਗਾਣਿਆਂ ਦੇ ਵਿੱਚ ਕਦੇ ਲੱਚਰਤਾ ਨਹੀਂ ਨਾ ਕੋਈ ਹਥਿਆਰਾਂ ਦੀ ਗੱਲ ਕੀਤੀ ਹੋਈ ਹੈ ਅਤੇ ਬਹੁਤ ਵਧੀਆ ਸੀ ਐਮ ਸਾਹਿਬ ਨੇ ਜੋ ਇਹ ਫੈਸਲਾ ਲਿੱਤਾ ਆਈ ਥਿੰਕ ਮੈਨੂੰ ਲੱਗਦਾ ਜੇ ਫੈਸਲਾ ਲਿੱਤਾ ਇਹਦੇ 'ਤੇ ਪੂਰੀ ਮੈਨੂੰ ਲੱਗਦਾ ਵੀ ਇਹਦੇ 'ਤੇ ਕਹਿ ਸਕਦਾ ਵੀ ਉਹਨਾਂ ਨੂੰ ਪੂਰਾ ਜ਼ੋਰ ਦੇ ਕੇ ਇਸ ਚੀਜ਼ ਨੂੰ ਫੋਲੋ ਕਰਾਉਣ ਜੇ ਉਹਨਾਂ ਨੇ ਇਹ ਫੈਸਲਾ ਲਿਆ ਤਾਂ ਫੈਸਲੇ 'ਤੇ ਪੂਰੇ ਸਟ੍ਰਿਕਟਲੀ ਇਹਨਾਂ ਨੂੰ ਫੈਸਲਾ ਲੈ ਕੇ ਇਸ ਚੀਜ਼ ਨੂੰ ਲਾਗੂ ਕਰਾਉਣ ਤੁਹਾਨੂੰ ਵੀ ਉਹਨਾਂ ਨੇ ਰਾਏ ਦਿੱਤੀ ਹੈ ਬਿਲਕੁਲ ਜੀ ਬਿਲਕੁਲ ਗਾਇਕ ਹੀ ਜ਼ਿਆਦਾਤਰ ਇਸ ਆਪਾਂ ਹਥਿਆਰਾਂ ਦੀ ਗੱਲ ਕਰਦੇ ਹਾਂ ਗਾਣਿਆਂ ਨੂੰ ਜ਼ਿਆਦਾਤਰ ਗਾਇਕਾਂ ਵੱਲੋਂ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਗਿਆ ਮੈਨੂੰ ਲੱਗਦਾ ਵੀ ਇੱਦਾਂ ਦੀਆਂ ਚੀਜ਼ਾਂ ਕੁਛ ਸਮੇਂ ਲਈ ਆਪਾਂ ਆਪਣੇ ਸਵਾਰਥ ਲਈ ਇੱਦਾਂ ਦੀਆਂ ਚੀਜ਼ਾਂ ਗਾ ਲੈਂਦੇ ਹਾਂ ਇੱਦਾਂ ਦੀਆਂ ਚੀਜ਼ਾਂ ਬਿਲਕੁਲ ਮਿਹਨਤ ਕੀਤੀ ਹੈ ਜੀ ਸਾਰੀ ਟੀਮ ਨੇ ਨਿਸ਼ਾਨਾ ਸਾਡਾ ਮੇਨਲੀ ਜੋ ਫੋਕਸ ਹੈ ਫਿਲਮ ਦੇ ਵਿੱਚ ਇੱਕ ਮੁੱਦਾ ਨਸ਼ਿਆਂ ਦਾ ਜੋ ਕਿ ਆਪਾਂ ਸਾਰੇ ਗੱਲਾਂ ਕਰਦੇ ਹਾਂ ਪੰਜਾਬ ਦੇ ਵਿੱਚ ਬਹੁਤ ਨਸ਼ਾ ਜਾਂ ਕੁਛ ਵੀ ਜਿੱਦਾਂ ਦਾ ਆਪਾਂ ਦੇਖਦੇ ਹਾਂਗੇ ਉਹਦੇ ਬਾਰੇ ਇਸ ਟੌਪਿਕ ਦੇ ਉੱਤੇ ਫਿਲਮ ਬਣਾਈ ਗਈ ਹੈ ਅਤੇ ਕੋਸ਼ਿਸ਼ ਕੀਤੀ ਹੈ ਕਿ ਇਸ ਫਿਲਮ ਦੇ ਜ਼ਰੀਏ ਕੁਛ ਨਾ ਕੁਛ ਮੈਸੇਜ ਆਵੇ ਅਤੇ ਬਾਕੀ ਐਕਸ਼ਨ ਦੀ ਗੱਲ ਕਰਦੇ ਹਾਂ ਕਿ ਫਸਟ ਟਾਈਮ ਮੈਂ ਆਪਣੀ ਇਹ ਮੂਵੀ ਦੇ ਵਿੱਚ ਐਕਸ਼ਨ ਫਸਟ ਟਾਈਮ ਕੀਤਾ ਹੈਗਾ ਅਤੇ ਕੁਛ ਨਵਾਂ ਐਕਸਪੀਰੀਅੰਸ ਹੈ ਬਾਕੀ ਦੇਖਦੇ ਹਾਂ ਕਿ ਅਸੀਂ ਨੇ ਕੋਸ਼ਿਸ਼ ਕੀਤੀ ਹੈ ਨਿਸ਼ਾਨਾ ਆਡੀਅੰਸ ਡਿਸਾਈਡ ਕਰੂਗੀ ਕਿ ਨਿਸ਼ਾਨਾ ਲੱਗਦਾ ਜਾਂ ਨਹੀਂ ਲੱਗਦਾ ਬਣੀ ਗਈ ਕਿਵੇਂ ਦਾ ਲੱਗ ਰਿਹਾ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਵੀ ਇਹੋ ਜਿਹੇ ਟੌਪਿਕ 'ਤੇ ਬਹੁਤ ਸਾਰੀਆਂ ਆਈਆਂ ਵੀ ਹੈ ਔਰ ਅੱਜ ਤੁਹਾਡੀ ਪ੍ਰਮੋਸ਼ਨ ਵੀ ਉਹੀ ਕਰ ਰਹੇ ਬਿਲਕੁਲ ਜੀ ਵਧੀਆ ਗੱਲ ਹੈ ਜੀ ਜੋ ਫਿਲਮਾਂ ਨੂੰ ਨਾਲ ਖੜਦੇ ਆ ਜੀ ਚੰਗੀਆਂ ਪ੍ਰਮੋਟ ਕਰਦੇ ਨੇ ਬਾਈ ਹੋਰੀ ਥੋੜ੍ਹੀ ਹੋਰਾਂ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਥੈਂਕਸ ਬਾਈ ਹੋਰਾਂ ਦਾ ਮਿਹਰਬਾਨੀ ਸ਼ੁਕਰੀਆ ਅਤੇ ਪਰਮਾਤਮਾ ਇਹ ਬਹੁਤ ਚੰਗਾ ਕੰਮ ਕਰਨ ਅਤੇ ਚੰਗੇ ਚੰਗੇ ਸਟੂਡੈਂਟਾਂ ਨੂੰ ਇਹ ਅੱਗੇ ਲੈ ਕੇ ਜਾਣ ਬਹੁਤ ਬਹੁਤ ਬਿਊਟੀਫੁਲ ਬਣੀ ਹੋਈ ਹੈ ਐਂਡ ਇਹਨਾਂ ਨੇ ਸਾਨੂੰ ਹਸਪਿਟੈਲਿਟੀ ਵੀ ਬਹੁਤ ਵਧੀਆ ਪ੍ਰੋਵਾਈਡ ਕੀਤੀ ਹੈ ਇਟਸ ਨਾਈਸ ਟੂ ਬੀ ਹੇਅਰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਹੁੰਦੇ ਬਾਬੇ ਉਹ ਮੈਂ ਦੱਸਦਾ ਸਟਾਈਲ ਹੈ